ਮੈਂ ਬੇਨਤੀ ਕਰੂੰਗਾ ਹਿਜ਼ ਐਕਸਲੈਂਸੀ ਦਾ ਗਵਰਨਰ ਆਫ ਪੰਜਾਬ ਕਿ ਆਪਣੇ ਵਿਚਾਰ। ਆਜ ਮੁਝੇ ਲਗਾ ਕਿ ਇਹ ਤੋ ਨੁਮਾਇੰਦਾ ਵੋਟ ਤੋ ਨਹੀਂ, ਬਹੁਤ ਤਰੱਕੀ ਆਪ ਲੋਗੋ ਨੇ ਕੀ ਹੈ ਔਰ ਉਸਕੇ ਲੀਏ ਮੈਂ ਆਪ ਲੋਗੋ ਕੋ ਸਭ ਕੋ ਬਹੁਤ ਬਹੁਤ ਪੂਰੀ ਪੂਰੀ ਬਧਾਈ ਦੇਣਾ ਚਾਹਤਾ ਹੂੰ। ਪੰਜਾਬ ਨੇ PL 480 ਸੇ ਹਮਾਰ ਕੋ ਨਿਜਾਦ ਅਗਰ ਦਿਲਾਈ, ਗ੍ਰੀਨ ਰੈਵੋਲੂਸ਼ਨ ਅਗਰ ਆਪ ਲੋਗ ਲਾਏ ਤੋ ਯੇ ਪੰਜਾਬ ਹੀ। ਪੰਜਾਬ ਕੇ ਲੋਗ ਜੋ ਮੇਰੇ ਕੋ ਆਪ ਕਰੀਬ ਡੇਢ ਦੋ ਸਾਲ ਯਹਾਂ ਪੇ ਪੰਜਾਬ ਮੇ ਹੋ ਗਿਆ ਔਰ ਸ਼ਾਇਦ ਮੈਂ ਬਹੁਤ ਦਿਨੋਂ ਸੇ ਇੱਛਾ ਵੀ ਕਰ ਰਹਾ ਥਾ ਕਿ ਮੈਂ ਆਪ ਲੋਗੋ ਕੇ ਬੀਚ ਮੇ ਬਠਿੰਡਾ ਵੀ ਆਊਂ, ਦੂਸਰੀ ਸਭ ਜਗ੍ਹਾ ਹਰ ਜ਼ਿਲ੍ਹੇ ਕੇ ਅੰਦਰ ਮੈਂ ਗਿਆ। ਮੇਰਾ ਨਾਮ ਇਸ਼ਾਲੀ ਖੰਨਾ ਹੈ, ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਆਈ ਹਾਂ ਤੇ ਅਸੀਂ ਇੱਥੇ ਕਿਸਾਨਾਂ ਦੇ ਬਾਰੇ ਜਾਣਕਾਰੀ ਲੈਣ ਆਏ ਤਾਂ ਕਿਹੜੇ ਪਿੰਡੋਂ ਨੇ ਉਹਨਾਂ ਦੇ ਫੋਨ ਨੰਬਰ, ਉਹਨਾਂ ਦੇ ਫੋਨ ਨੰਬਰ ਲੈ ਕੇ ਅਸੀਂ ਉਹਨਾਂ ਨੂੰ ਟੈਕਸਟ ਮੈਸੇਜ ਕਰਾਂਗੇ ਜਿਹੜਾ ਖੇਤੀ ਦੇ ਵਿੱਚ ਕੋਈ ਅਸੀਂ ਬਦਲਾਵ ਲਾਉਣਾ ਚਾਹੁੰਦੇ ਹਾਂ, ਕਿਹੜਾ ਉਹਨਾਂ ਦੇ ਏਰੀਆ ਵਿੱਚ ਨਵਾਂ ਬੀਜ ਆ ਰਿਹਾ, ਕਿਵੇਂ ਉਹਦੀ ਖੇਤੀਬਾੜੀ ਕਰਨੀ ਹੈ, ਕਿਵੇਂ ਉਹਨੂੰ ਪਾਣੀ ਦੇਣਾ ਤੇ ਅਸੀਂ ਉਹਨਾਂ ਨੂੰ ਇੱਕ ਹੈਲਪਲਾਈਨ ਨੰਬਰ ਵੀ ਪ੍ਰੋਵਾਈਡ ਕੀਤਾ ਜਿਸ ਤੇ ਉਹ ਕਦੇ ਵੀ ਫੋਨ ਕਰਕੇ ਕੋਈ ਵੀ ਜਾਣਕਾਰੀ ਜੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਆਪਣੀ ਖੇਤੀ ਵਿੱਚ ਉਹਦੇ ਰਿਗਾਰਡਿੰਗ ਕੋਈ ਵੀ ਕੁਝ ਪੁੱਛਣਾ। ਹਮ ਫੂਡ ਟੈਕਨੋਲੋਜੀ ਕੇ ਸਟੂਡੈਂਟ ਹੈ, ਸਭ ਤੋਂ ਵੱਡਾ ਕਾਰਨ ਇਹੀ ਹੈ ਜੋ ਉਹਨਾਂ ਦੀ ਖੇਤੀ ਨੂੰ ਕੀੜਾ ਲੱਗ ਜਾਂਦਾ ਹੈ ਤੇ ਸਾਰੀ ਦੀ ਸਾਰੀ ਫਸਲ ਬਰਬਾਦ ਹੋ ਜਾਂਦੀ ਹੈ। ਅਸੀਂ ਉਹਨਾਂ ਨੂੰ ਹੈਲਪ ਕਰਨਾ ਚਾਹੁੰਦੇ ਹਾਂ, ਉਹਨਾਂ ਨੂੰ ਹੈਲਪਲਾਈਨ ਨੰਬਰ ਦਿੱਤਾ ਗਿਆ ਹੈ ਕਿ ਜਿਹੜਾ ਵੀ ਕੋਈ ਕੀੜਾ ਲੱਗੇ ਤੇ ਸਾਡੀ ਯੂਨੀਵਰਸਿਟੀ 'ਚ ਬੈਠੇ ਨੇ ਉਹਨਾਂ ਦੇ ਰਿਗਾਰਡਿੰਗ ਸਾਰੀ ਹੈਲਪ ਕਰਨਗੇ। ਕਿਸਾਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਕੀ ਕੀ ਪ੍ਰੋਬਲਮ ਆ ਰਹੀ ਸੀ, ਕਿ ਉਹਨਾਂ ਨੂੰ ਨਹੀਂ ਕਦੇ ਕਦੇ ਪਤਾ ਹੁੰਦਾ ਕਿ ਕਦ ਪਾਣੀ ਦੇਣਾ ਫਸਲ ਨੂੰ, ਕਦ ਨਹੀਂ ਦੇਣਾ। ਪਰ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਤੋਂ ਉਹ ਕੁਝ ਵੀ ਪੁੱਛ ਸਕਦੇ ਨੇ, ਉਹਨਾਂ ਨੂੰ ਬੜੀ ਖੁਸ਼ੀ ਹੋਈ ਤੇ ਉਹ ਬਹੁਤ ਹੀ ਉਤਸ਼ਾਹਿਤ ਸੀ ਆਪਣਾ ਨੰਬਰ ਉੱਥੇ ਲਿਖਵਾਉਣ ਲਈ ਕਿ ਉਹਨਾਂ ਨੂੰ ਵੀ ਮੈਸੇਜ ਆਣ, ਉਹ ਵੀ ਫੋਨ ਕਰਕੇ ਕੁਝ ਵੀ ਜਾਣਕਾਰੀ ਲੈਣ ਤੇ ਉਹਨਾਂ ਦੀ ਮਦਦ ਹੋ। ਮਹਿਸੂਸ ਕੀਤਾ ਜੀ, ਕਿਸਾਨ ਮੇਲੇ ਦੇ ਵਿੱਚ ਸਾਰੇ ਕਿਸਾਨ ਤੁਰੇ ਫਿਰਦੇ ਹੈਗੇ, ਮੰਨ ਲਓ ਪ੍ਰਦਰਸ਼ਨੀਆਂ ਦੇਂਦੇ ਫਿਰਦੇ ਹੈ ਜਾਂ ਹੋਰ ਹੈ। ਸਰਕਾਰ ਦਾ ਕੀ ਹੈ, ਮੰਨ ਲਓ ਹੁਣ ਜਿਵੇਂ ਅੱਜ ਯੂਨੀਵਰਸਿਟੀ ਤੋਂ ਬੱਚੇ ਆਏ, ਇਹਨਾਂ ਨੇ ਦੱਸਿਆ ਵੀ ਅਸੀਂ ਉਹਨਾਂ ਨੂੰ ਪਾਣੀ ਲਾਉਣ ਬਾਰੇ ਦੱਸਾਂਗੇ। ਸਾਡਾ ਇਹ ਪਿਤਾ ਪੁਰਖ ਕੀ ਕੀਤਾ ਹੈ ਕਿ ਅਸੀਂ ਪਾਣੀ ਲਾਉਣ ਦਾ ਥੋੜ੍ਹਾ ਉਹ ਪੁੱਛਾਂਗੇ ਇਹਨਾਂ ਨੂੰ। ਸਾਡੇ ਹੋਰ ਹੈ ਜਿਹੜਾ ਫਸਲਾਂ ਦੇ ਮੁੱਲ ਹੈ ਕਿਸਾਨਾਂ ਨੂੰ ਉਹ ਨਹੀਂ ਮਿਲ ਰਹੇ ਹੈ ਸਹੀ, ਮੰਨ ਲਓ ਕਿਸਾਨ ਫਸਲ ਵੀ ਕਰ ਲੈਂਦਾ ਅਤੇ ਉਹਦਾ ਸਹੀ ਮੁੱਲ ਨਹੀਂ ਮਿਲਦਾ ਵਾਜਬ ਮੁੱਲ ਜੀ, ਆਹੀ ਖੁਦਕੁਸ਼ੀਆਂ ਜਾਂ ਹੋਰ ਹੈ, ਸਾਰਾ ਇਹ ਕਿਸਾਨਾਂ ਦਾ ਆਹੀ ਪ੍ਰੋਬਲਮ ਹੈ ਜੀ। ਕਿਉਂ ਕਰ ਰਿਹਾ ਜੀ ਕਿਸਾਨ, ਜੇ ਕਿਉਂ ਕਰ ਰਿਹਾ ਇਹ? ਕਹਿੰਦੇ ਬਦਲਾਵ ਲਿਆਉਣਾ ਜੀ, ਬਦਲਾਵ ਕੀ? ਦੁੱਧ ਦੀ ਮੰਨ ਲਓ ਕੀਮਤ ਹੈ ਜਿਹੜੀ ਪਿੰਡਾਂ ਦੇ ਵਿੱਚ 20 ਰੁਪਏ ਲੀਟਰ ਦੁੱਧ ਹੈ ਕਿ ਸ਼ਹਿਰ ਦੇ ਵਿੱਚੋਂ ਪਾਣੀ ਦੀ ਬੋਤਲ ਲੈਂਦੇ 20 ਰੁਪਏ ਉਹਦਾ ਰੇਟ ਹੈ ਕਿ ਦੁੱਧ ਅਤੇ ਪਾਣੀ ਦਾ ਮੰਨ ਲਓ ਇੱਕ ਮੇਲ ਕਿਵੇਂ ਹੋ ਗਿਆ? ਜੇ ਮੱਝ 200 ਖਾਂਦੀ ਹੈ ਤਾਂ 100 ਦਾ ਦੁੱਧ ਦਿੰਦੀ ਆ ਉਹ, ਤਾਂ ਉਹਦੇ ਵਿੱਚ ਕਿਸਾਨ ਕਿਵੇਂ ਬਚੂਗਾ ਜੀ? ਬਹੁਤ ਕੁਛ ਮਿਲਦਾ ਜੀ, ਪਰ ਅਸੀਂ ਇਹ ਕਹਿਣਾ ਚਾਹੁੰਦੇ ਜੋ ਜ਼ਿਮੀਂਦਾਰ ਸਾਨੂੰ ਖਰੀਦਦੇ ਆ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਜੀ, ਦੇਖ ਜ਼ਿਮੀਂਦਾਰ ਨੂੰ ਖਰੀਦ ਨਹੀਂ ਸਕਦਾ। ਜਿਵੇਂ ਪਹਿਲਾਂ ਬਾਈ ਨੂੰ ਦੱਸ ਚੁੱਕਿਆ ਵੀ ਮੰਨ ਲਓ ਹੁਣ ਸਰਕਾਰ ਨੇ ਕਿਹਾ ਵੀ ਪਰਾਲੀ ਨਹੀਂ ਸਾੜ ਸਕਦੇ, ਉਹਦੇ ਬਾਰੇ ਜਿਹੜੇ ਸੰਦ ਆ ਉਹ ਹਰੇਕ ਜ਼ਿਮੀਂਦਾਰ ਦੇ ਵਾਸਤਾ ਰੋਗ ਨਹੀਂ ਰਿਹਾ। ਜੇ ਮੰਨ ਲਓ ਇੱਕ ਦੋ ਜ਼ਿਮੀਂਦਾਰਾਂ ਨੇ ਪਿੰਡ 'ਚ ਲਿਆਂਦੇ, ਅੱਧਾ ਜ਼ਿਮੀਂਦਾਰ ਦੇ ਮਗਰ ਮਗਰ ਤੁਰੇ ਫਿਰਦੇ ਨੇ, ਉਹਦਾ ਕੋਈ ਹੱਲ ਨਹੀਂ ਹੁੰਦਾ ਜੀ। ਉਹਦੇ ਕਣਕ ਜਿਹੜੀ ਬੀਜਣ 'ਚ ਬਹੁਤ ਜ਼ਿਆਦਾ ਅਸੀਂ ਲੇਟ ਹੋ ਜਾਂਦੇ ਹਾਂ ਜੀ।